ਉੱਠ ਜਾਗ ਪੰਜਾਬੀਆ ਓਏ ਆ ਜਾ ਕਰਦੇ ਤਰਕ ਸ਼ਰਾਬਾਂ ਤੂੰ ਵਾਰਸ ਨਲੂਏ ਦਾ ਸ਼ੇਰ ਦੀਆਂ ਫੜ ਕੇ ਪਾੜ ਦੇ ਜਾਬਾਂ ਓਏ ਤੂੰ ਵਾਰਸ ਨਲੂਏ ਦਾ ਸ਼ੇਰ ਦੀਆਂ ਫੜ ਕੇ ਪਾੜ ਦੇ ਜਾਬਾਂ ਸ੍ਰੀ ਕਾਲ ਜੀ ਸਾਰਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਬੱਚੇ ਤਾਂ ਰਹਿ ਨਹੀਂ ਜਵਾਨ ਹੋਗੇ ਤੁਸੀਂ ਸੋ ਮਹਾਰਾ ਚੜ੍ਹਦੀ ਕਲਾ ਰੱਖੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਵੈਸੇ ਤਾਂ ਮੈਂ ਚਾਹੁੰਦਾ ਹੁੰਨਾ ਕਿ ਨਾ ਬੋਲਿਆ ਜਾਵੇ ਮੈਂ ਪਿੱਛੇ ਮੁੜ ਲੱਗਿਆ ਸੀ ਕਿਉਂਕਿ ਬੋਲਣ ਨੂੰ ਸਾਡੇ ਨਮਾਇंदे ਹੈਗੇ ਆ ਇਹ ਵੀ ਬੋਲਣ ਤਾਂ ਚੰਗਾ ਚਲੋ ਜੇ ਤੁਸੀਂ ਤੁਹਾਨੂੰ ਲੱਗਦਾ ਕਿ ਅਸੀਂ ਵੀ ਬੋਲੀਏ ਤਾਂ ਦੋ ਚਾਰ ਗੱਲਾਂ ਤਾਂ ਮੈਨੂੰ ਆਪਣੇ ਉਹਨੇ ਕਹਿੰਦੇ ਸੀ ਬਾਈ ਜੀ ਜਿਹੜੇ ਸਟੇਜ ਸਾਹਮਣੇ ਉਹ ਕਹਿੰਦੇ ਵੀ ਵੱਧ ਟਾਈਮ ਲਾਉਣਾ ਮੈਂ ਕਹਿੰਨੀ ਮੈਂ 2 ਮਿੰਟ ਚ ਮੁਕਾ ਲੈਣਾ ਕੰਮ ਸਾਰੀਆਂ ਗੱਲਾਂ ਕਰ ਲੈਣੀਆਂ ਆਪਾਂ ਨੇ ਮੈਂ ਹਰ ਬਰੀ ਕੋ ਗੱਲ ਕਹਿਣਾ ਹੁੰਨਾ ਕਿ ਸਵੈਪੜਚੋਲ ਵੀ ਕਰਦੇ ਰਹਿਣਾ ਇਹ ਤਾਂ ਜੰਗ ਜਿੱਤ ਲਈ ਇਹਦੀ ਫਿਕਰ ਨਾ ਕਰੋ ਨੇੜੇ ਹੀ ਆ ਕੰਮ ਪਰੇ ਮੁਹਿਮਾ ਅੱਗੇ ਵੀ ਜਾਰੀ ਰੱਖਣੀ ਪੈਣੀ ਹੈ ਖਾਲੀ ਫਸਲਾਂ ਦੇ ਮੁੱਲ ਵਧਾ ਕੇ ਆਪਾਂ ਵਾਪਸ ਚਲੇ ਜਾਈਏ ਤੇ ਜਿਸ ਖਿੱਤੇਚਾ ਸੀ ਰਹਨੇ ਆ ਉੱਥੇ ਵੀ ਬੜੇ ਸੁਧਾਰਾਂ ਦੀ ਲੋੜ ਹੈ ਉੱਥੇ ਵੀ ਸਾਨੂੰ ਆਪ ਦਾ ਆਪ ਐਸੇ ਤਰ੍ਹਾਂ ਇਕੱਠਾ ਕਰਨਾ ਪਊਗਾ ਕਿਉਂ ਸਾਨੂੰ ਕਿਸੇ ਅ ਅਮੀਰ ਆਦਮੀ ਦੇ ਪਿੱਛੇ ਭੱਜਣਾ ਪੈਂਦਾ ਹੈ ਕਿਉਂ ਲਾਲ ਬੱਤੀ ਵਾਲੀ ਗੱਡੀ ਸਾਨੂੰ ਸਾਈਡ ਤੇ ਕਰਦੀ ਹੈ ਕਿਉਂ ਸਾਨੂੰ ਠਾਣੇ ਮੁਰੇ ਬੇਪਤ ਹੋਣਾ ਪੈਂਦਾ ਹੈ ਕਿਉਂ ਰਾਜਾ ਦੀ ਕੁੜੀ ਨੂੰ ਛੇੜਿਆ ਜਾਂਦਾ ਇਹ ਸਾਰੀਆਂ ਚੀਜ਼ਾਂ ਦੇ ਲਈ ਇਹੀ ਇਸੇ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਸੰਸਥਾਵਾਂ ਇਹਨਾਂ ਨੂੰ ਮੂਰੇ ਲੱਗਣਾ ਚਾਹੀਦਾ ਤੇ ਜਿਹੜਾ ਸੰਯੁਕਤ ਮੋਰਚਾ ਮੈਂ ਦੁਆ ਕਰਦਾ ਕਿ ਅਗਲੀ ਵਾਰ ਇਹ ਸੰਯੁਕਤ ਬਣਾ ਲਾਉਣਾ ਪਵੇ ਇਹ ਵੀ ਸਾਰੇ ਇਕੱਠੇ ਹੋ ਜਾਣ ਤੇ ਮੈਨੂੰ ਲੱਗਦਾ ਮੰਨ ਲਓ ਕਿ ਗੱਲ ਸਾਡੀ ਅਸੀਂ ਤੁਹਾਡੇ ਬੱਚੇ ਆ ਤੇ ਜਿਹੜੇ ਸਾਡੇ ਬਜ਼ੁਰਗ ਹੈ ਔਰ ਇਹ ਸਾਰੇ ਹੱਕ ਵੀ ਤੁਹਾਡੇ ਕੋਲੇ ਆ ਪਹਿਲਾਂ ਪਹਿਲਾਂ ਲੱਗਦਾ ਸੀ ਕਈ ਸਾਡੇ ਜਿਹੜੇ ਲੀਡਰ ਹੈ ਕਿ ਜੇ ਕਲਾਕਾਰ ਆਉਣਗੇ ਇਹਨਾਂ ਦੀ ਟੀਆਰਪੀ ਵੱਜ ਜੂਗੀ ਇਹ ਕਾਤੇ ਆ ਗਏ ਓਰੇ ਉਹ ਹੈ ਜਾਂ ਕੁਝ ਨਹੀਂ ਅਸੀਂ ਤੁਹਾਡੇ ਬੱਚੇ ਆ ਸਾਨੂੰ ਕੋਈ ਸ਼ੌਕ ਨਹੀਂ ਬੋਲਣ ਦਾ ਇਨਸਾਨ ਕਦੋਂ ਬੋਲਦਾ ਜਦੋਂ ਇਹ ਦੱਸਣਾ ਚਾਹੁੰਦਾ ਕਿ ਮੈਨੂੰ ਪਛਾਣਿਆ ਜਾਵੇ ਉਹ ਪਛਾਣ ਤੁਸੀਂ ਪਹਿਲੀ ਬਹੁਤ ਦੇਤੀ ਮਹਾਰਾਜ ਦੀ ਕਿਰਪਾ ਸੋ ਇਹ ਅਸੀਂ ਤਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਪਰ ਇੱਕ ਚੀਜ਼ ਤੁਹਾਨੂੰ ਇਹ ਮੰਨ ਕੇ ਚੱਲਣਾ ਪਊਗਾ ਕਿ ਇਸ ਸੰਘਰਸ਼ ਵਿੱਚ ਜਿੱਥੇ ਛੱਡੇ ਬਜ਼ੁਰਗਾਂ ਦਾ ਇਨਾ ਯੋਗਦਾਨ ਆ ਜਿਹੜੇ 40-40 ਸਾਲ ਜਿਨ੍ਹਾਂ ਨੇ 50-50 ਸਾਲ ਆ ਇਸ ਸੰਘਰਸ਼ਾ 'ਚ ਇਹਨਾਂ 'ਚ ਲਾਤੇ ਤਾਂ ਉੱਥੇ ਦੇ ਕਲਾਕਾਰਾਂ ਨੇ ਵੀ ਇਸ ਇਸ ਜਿਹੜਾ ਅੰਦੋਲਨ ਨੂੰ ਤਿੱਖਾ ਬਹੁਤ ਕਰਿਆ ਮੈਨੂੰ ਛੱਡ ਕੇ ਬਾਕੀ ਸਾਰੇ ਕਲਾਕਾਰਾਂ ਦੇ ਨਾਂ ਤੇ ਇੱਕ ਤਾੜੀ ਮਾਰ ਦਿਓ ਸੋ ਆਪਾਂ ਨੇ ਇਹਨਾਂ ਨੂੰ ਵੀ ਇਕੱਠੇ ਕਰਨਾ ਹੈ ਹਿੰਦੂ ਦੇਖੋ ਇਹ ਇਹ ਸੰਦੋਲਨ ਇੱਕ ਬਹੁਤ ਵਧੀਆ ਗੱਲ ਕਰਦੀ ਆ ਮੈਂ ਪਿਛੇ ਪੱਤਰਕਾਰ ਇੱਕ ਸੱਜਣ ਮਿਲਿਆ ਸੀ ਜਦੋਂ ਉਹਨਾਂ ਨੇ ਨਾ ਨੌ ਲਿਆ ਕੇ ਔਰ ਮੋਦੀ ਮੈਂ ਖੈ ਨਹੀਂ ਆਇਆ ਨਾ ਕਿ ਆਕਰ ਮਿਸਟਰ ਪ੍ਰਾਈਮ ਮਿਨਿਸਟਰ ਕਿ ਆਕਰ ਚਲੋ ਰਤਪਦੇ ਸਹਾਬ ਨਾਲ ਉਹਨਾਂ ਦੀ ਇੱਜ਼ਤ ਕਰੋ ਈਵਨ ਜਦੋਂ ਮੈਂ ਸਾਡੇ ਪੱਤਰਕਾਰ ਵੀ ਕਿੱਥੇ ਖੜੇ ਆ ਸਾਡੇ ਵਾਲੇ ਆ ਇਹ ਕਿ ਦਿੱਲੀ ਵਾਲੇ ਆ ਤੂੰ ਆਪ ਦੀ ਸੈਲਫੀ ਬਣਾਈ ਇਹਨਾਂ ਖਸਮਾ ਤੂੰ ਪੰਜਾਬ ਵਾਲਾ ਹੀ ਐ ਉਹ ਬੋਲਦਾ ਹੀ ਨਹੀਂ ਉਹ ਜਦੋਂ ਕਹਿੰਦੇ ਨਾ ਵੀ ਜਦੋਂ ਖਬਰ ਲਾਉਂਦੇ ਆ ਉਹ ਕਹਿੰਦੇ ਆ ਵੀ ਰਾਜੇਵਾਲ ਨੇ ਐ ਕਿਹਾ ਉਹ ਵੀ ਜੇ ਪੁੱਛੇ ਵੀ ਬਾਪੂ ਦੀ ਉਮਰ ਦਾ ਹੈ ਬਾਬੇ ਦੀ ਉਮਰ ਦਾ ਹੈ ਰਾਜੇਵਾਲ ਸਾਹਿਬ ਹੁੰਦਾ ਹੈ ਸੋ ਜਿਹੜੇ ਸਾਡੇ ਸਤਕਾਰਤ ਜਿਹੜੇ ਸਾਡੇ ਨੁਮਾਇੰਦੇ ਆ ਜਿਹੜੇ ਇਹ ਜੂਨੀਅਰਾਂ ਦੇ ਪ੍ਰਧਾਨ ਆ ਇਹਨਾਂ ਨੂੰ ਸਾਬ ਤੇ ਜੀ ਜ਼ਰੂਰ ਲਾਇਆ ਕਰੋ ਤੁਸੀਂ ਆਪਦੀ ਉਮਰ ਦੇ ਹਿਸਾਬ ਨਾਲ ਕੰਮ ਸੇ ਕੰਮ ਪੋਕਾ ਨੇ ਅਗਰਾਹ ਨੇ ਇਦਾਂ ਕਿਹਾ ਵੀ ਤੂੰ ਕੋਈ ਜਥੇਦਾਰ ਕਹਦੇ ਕੋਈ ਚਾਚਾ ਤਾਇਆ ਕੋਈ ਪੋਪੜ ਕਹਦੇ ਤੂੰ ਜਿਹੜੇ ਸਾਡੇ ਬਜ਼ੁਰਗ ਆ ਉਹਨਾਂ ਨੂੰ ਉਸ ਤਰ੍ਹਾਂ ਦਾ ਰਤਬਾ ਦੋ ਜਿਹੜੇ ਉਹਨਾਂ ਨੇ ਕਾਹ ਲੈਣਾ ਕਾਹ ਲੀਆ ਐਵੇਂ ਆਪ 25 ਸਾਲ ਦਾ ਜਵਾਕ ਹੁੰਦਾ ਤੇ ਉਹ ਇਹਨਾਂ ਸੀਨੀਅਰ ਬੰਦਿਆਂ ਦੇ ਨਾਂ ਨਾਲ ਜੀ ਲਾਵੇ ਤਾਂ ਅੱਛਾ ਹੈ ਇਹ ਵੀ ਇੱਕ ਲਿਆਕਤ ਦਾ ਪ੍ਰਤੀਕ ਹੈ ਬਾਕੀ ਤੁਸੀਂ ਸਾਰੇ ਸਿਆਣਿਆਂ ਤੁਹਾਨੂੰ ਸੁਨੇਹੇ ਦੀ ਵੀ ਕੋਈ ਲੋੜ ਨਹੀਂ ਤੇ ਆਹ ਲੋੜੀ ਹੈ ਜਿਹੜੀ ਇਹ ਸਾਡੇ ਲਈ ਇਹ ਤਾਂ ਦਰਦ ਦਾ ਪੈਗਾਮ ਹੈ ਪਰ ਮੈਨੂੰ ਲੱਗਦਾ ਆਪਾਂ ਜਿੱਤ ਕੇ ਇਹ ਇਹ ਲੋੜੀ ਇਹ ਤੋਂ ਬਾਅਦ ਇੱਕ ਵਾਰੀ ਫੇਰ ਮਨਾਵਾਂਗੇ ਦੋ ਲੋੜੀਆਂ ਮਨਾਇਆ ਕਰਾਂਗੇ ਹਰ ਸਾਲ ਜਿੱਤ ਆਪਾਂ ਜਾਣਾ ਸੈਟ ਅੱਛਾ ਪਿੱਛੋਂ ਵਾਜੇ ਸੋ ਆਪਾਂ ਨੇ ਸਾਰਿਆਂ ਨੇ ਇੱਥੋਂ ਇਤਿਫਾਕ ਲੈ ਕੇ ਜਾਣਾ ਐਸੀ ਤਰ੍ਹਾਂ ਦਾ ਪਿਆਰ ਉੱਥੇ ਜਾ ਕੇ ਵੀ ਰੱਖਣਾ ਆਪਸ ਵਿੱਚ ਤਾਂ ਕਿ ਸਾਡੇ 'ਤੇ ਕੋਈ ਅੱਖ ਨਾ ਚੱਕੇ ਸਾਨੂੰ ਕੋਈ ਮੰਦਾ ਚੰਗਾ ਨਾ ਬੋਲੇ ਸਾਡੇ 'ਚ ਕੋਈ ਖਾਮੀ ਨਾ ਹੋਵੇ اخلاق ਉਹ ਤੋਂ ਸ਼ੁਰੂ ਹੁੰਦਾ ਜਦੋਂ ਕੋਈ ਦੁਸ਼ਮਣ ਵੀ ਵੈਸੇ ਤਾਂ ਹੋਵੇ ਹੀ ਨਾ ਕਿਸੇ ਦਾ ਅਸੀਂ ਚਾਹਨੇ ਸਾਰੇ ਆਪਣੇ ਹੋਣ ਜੇ ਦੁਸ਼ਮਣ ਤੇ ਵੀ ਕਦੇ ਝੂਠਾ ਪਰਚਾ ਨਾ ਕਰਾਵਾਂਗੇ ਜਦੋਂ ਸਰਬਸੰਮਤੀ ਨਾਲ ਸਾਰੀਆਂ ਪੰਚਾਇਤਾਂ ਹੋਣਗੀਆਂ ਫਿਰ 10 ਪੰਚਾਇਤਾਂ ਦੀਆਂ ਇਕੱਠੀਆਂ ਕਰਕੇ ਇੱਕ ਪੰਚਾਇਤ ਬਣਾਵਾਂਗੇ ਜਦੋਂ ਬਹੁਤ ਸਾਰੇ ਝਗੜੇ ਆਪਸ 'ਚ ਨਿਵੇੜ ਲਾਂਗੇ ਫਿਰ ਤੁਹਾਨੂੰ ਥਾਣੇ 'ਚ ਧੱਕੇ ਨਹੀਂ ਖਾਣੇ ਪੈਣਗੇ ਫਿਰ ਤੁਹਾਨੂੰ ਕਿਸੇ ਮੰਤਰੀ ਨੂੰ ਫੋਟੋ ਖਚਾਉਣ ਲਈ ਵਿਆਹ 'ਚ ਵੀ ਨਹੀਂ ਬੁਲਾਉਣਾ ਪਊਗਾ ਅੱਜ ਇਹ ਹਾਲ ਹੈ ਨੌਜਵਾਨੋ ਕਿ ਜਿਹੜੇ ਕਿਸਾਨ ਜੁਨੀਅਨ ਜਿਹੜੇ ਲੀਡ ਕਰਦੇ ਆ ਇਹਨਾਂ ਦੀਆਂ ਖਬਰਾਂ ਸਭ ਤੋਂ ਵੱਧ ਦੇਖਿਆ ਜਾਂਦੇ ਆ ਅੱਜ ਹਰ ਸਟੇਟ ਦੇ ਜਿਹੜੇ ਮੰਤਰੀਆਂ ਜਿਹੜੇ ਆ ਇਹ ਆ ਜਿਹੜੇ ਵੀਆਈਪੀ ਆ ਉਹਨਾਂ ਦੀ ਕੋਈ ਖਬਰਾਂ ਨਹੀਂ ਲੱਗਦੀ ਇਹਨਾਂ ਨੂੰ ਨਾ মিডিਆ ਦੇ ਰਿਹਾ ਇਹਨਾਂ ਨੂੰ ਆਪਾਂ ਲੋਕ ਹੀ ਚੱਕ ਰਿਹਾ ਸੋ ਦੁਨੀਆ ਜਿਹੜੀ ਹੈ ਜਦੋਂ ਲੋਕ ਨਾਇਕ ਬੁਲਾ ਦਿੰਦੇ ਆ ਫਿਰ ਦੁੱਲੇ ਤੋਂ ਦੁੱਲਾ ਪੱਟੀ ਵੀ ਬਣ ਜਾਂਦਾ ਫਿਰ ਲੋਹੜੀਆਂ ਮਨਾਈ ਜਾਂਦੀਆਂ ਇੱਕ ਤਾੜੀ ਜ਼ੋਰਦਾਰ ਉਸ ਦਲੇਰ ਦੁੱਲਾ ਪੱਟੀ ਲਈ ਪੰਜਾਬੀ ਨਾ ਵਖਵਾਦੀਆਂ ਨਾ ਪੰਜਾਬੀ ਆਤਵਾਦੀਆਂ ਪੰਜਾਬੀ ਸੱਚਬਾਦੀਆਂ ਤੇ ਸੱਚਬਾਦੀਆਂ ਜੇ 7000 ਰੁਪਏ ਕਵਾਂਟਲ ਕਣਕ ਹੋ ਜਵੇ ਤਾਂ ਪੰਜਾਬ ਹਰਿਆਣਾ ਰਾਜਸਥਾਨ ਪੂਰੇ ਭਾਰਤ ਨੂੰ ਰੋਟੀ ਖਵਾ ਸਕਦੇ ਆ ਮੈਨੂੰ ਲੱਗਦਾ ਨਹੀਂ ਕਿ ਇੱਥੇ ਭੁੱਖਾ ਸਾਵਾਂਗਾ ਇੱਕ ਤਾੜੀ ਕਿਸਾਨਾਂ ਦੀ ਜਿੰਨੇ ਬਾਹਰੋਂ ਆ ਕੇ ਇੱਥੇ ਲੰਗਰ ਛਕਦੇ ਆ ਕਿਸੇ ਨੂੰ ਕਦੇ ਮੱਥੇ ਨਹੀਂ ਵੱਟ ਪਾਇਆ ਜਾਂਦਾ ਐਸ ਤੋਂ ਵੱਡੇ ਦੇਸ਼ ਭਗਤ ਕੌਣ ਹੋ ਸਕਦੇ ਆ ਮੈਨੂੰ ਦੱਸੋ ਇਹ ਕੌਣ ਆ ਜਿਹੜੇ ਕਹਿੰਦੇ ਆ ਪੂਛਤਾ ਹੈ ਭਾਰਤ ਇਹਨਾਂ ਨੂੰ ਭਾਰਤ ਨਹੀਂ ਪੁੱਛਦਾ ਇਹਨਾਂ ਨੂੰ ਕੰਮਲਿਆਂ ਨੂੰ ਇਹਨਾਂ ਨੂੰ ਕਹਤਾ ਨਹੀਂ ਪੁੱਛਦਾ ਜਿਹੜੇ ਚੈਨਲਾਂ ਤੇ ਬੈਠ ਕੇ ਲੋਕ ਸਾਰਾ ਦਿਨ ਬਿਟ ਬਿਟ ਕਰੀ ਜਾਂਦੇ ਹੋ ਇਹਨਾਂ ਨੂੰ ਪੁੱਛੋ ਆ ਪੱਤਰਕਾਰ ਸਾਰੀ ਉਮਰ ਸਾਡੇ ਮੈਂ ਜਿਹੜੇ ਪੰਜਾਬ 'ਚ ਦੇਖਦਾ ਪੁਰਾਣੇ ਪੱਤਰਕਾਰ 40 40 ਸਾਲ ਤੋਂ ਪੱਤਰਕਾਰ ਹੈ ਉਹਨਾਂ ਨੇ ਤਾਂ ਵਿਚਾਰਿਆਂ ਨੇ ਚੈਨਲ ਬਣਾਏ ਨਹੀਂ ਇਹਨਾਂ ਦੇ ਚੈਨਲ ਕਿੱਥੋਂ ਬਣ ਗਏ ਇਹਨਾਂ ਨੂੰ ਪੁੱਛੋ ਕਿੱਥੋਂ ਆਉਂਦੀ ਹੈ ਫੰਡਿੰਗ ਤੁਹਾਨੂੰ ਬਈ ਇਥੇ ਜੇ ਕੋਈ ਗਰੀਬ ਦੀ ਮਦਦ ਕਰਦਾ ਤਾਂ ਉਹਨੂੰ ਨੋਟਿਸ ਕੱਢ ਦਿੰਦੇ ਆ ਇਹ ਕਿਹੋ ਜਿਹਾ ਇਨਸਾਫ ਹੈ ਕਿੰਨੀਆਂ ਬਰੀਕ ਚਾਲਾਂ ਤੇ ਆ ਜਾਂਦੀ ਹੈ ਸਰਕਾਰ ਸੋ ਬੇਨਤੀ ਹੈ ਕਿ ਕਾਨੂੰਨ ਵਾਪਸ ਲਓ ਲੋਕਾਂ ਨੂੰ ਸੁੱਖ ਦਾ ਸਾਹ ਮਿਲੇ ਆਪਣੇ ਘਰਾਂ ਤੇ ਅਗਲੀ ਮੁਹਿੰਮੇ ਵੀ ਰੰਬੀ ਜਾਵੇ ਕਿ ਪੰਜਾਬ ਜਾ ਕੇ ਵੀ ਜੂਨੀਅਨ ਵਾਲਿਓ ਮੇਰੇ ਜਿਹੜੇ ਬਜ਼ੁਰਗੋ ਸਸਿਕਾਲ ਜੀ ਤੁਹਾਡੀ ਜ਼ਿੰਮੇਵਾਰੀ ਖਤਮ ਨਹੀਂ ਹੋਈ ਹੁਣ ਤੁਹਾਨੂੰ ਵਾਗਡੋਰ ਸੰਭਾਲੀ ਆ ਪੰਜਾਬ ਦੇ ਜਿਹੜਾ ਜਨਸਲਾਬ ਹੈ ਪੰਜਾਬ ਦੇ ਨੌਜਵਾਨਾਂ ਨੇ ਬਾਕੀ ਬਜ਼ੁਰਗਾਂ ਬੱਚਿਆਂ ਬੀਬੀਆਂ ਨੇ ਇਹ ਜਿਸ ਤਰ੍ਹਾਂ ਦਾ ਇਹ ਸੁਧਾਰ ਲਈ ਆਪਾਂ ਸਾਰੇ ਇਕੱਠੇ ਹੋਏ ਆ ਤਾਂ ਆਪਣੀਆਂ ਸਟੇਟਾਂ 'ਚ ਵੀ ਐਸੇ ਤਰ੍ਹਾਂ ਦੇ ਸੁਧਾਰਾਂ ਦੀ ਅਸੀਂ ਕਾਮਨਾ ਕਰਦੇ ਆਂ ਅਸੀਂ ਤੁਹਾਡੇ ਨਾਲ ਮੋਟੇ ਨਾ ਮੋਢਾ ਜੋੜ ਕੇ ਖੜੇ ਆਂ ਸੋ ਬਹੁਤ ਬੋਲਣ ਦੀ ਵੀ ਕਾਮਨਾ ਨਹੀਂ ਆकांक्षा ਨਹੀਂ ਪਰਮਾਤਮਾ ਕਰੇ ਔਰ ਮੇਰੀ ਇੱਕੋ ਬੇਨਤੀ ਹੈ ਕਿ ਜਦ ਵੀ ਸਾਡੇ ਇਹਨਾਂ ਜਥੇਬੰਦੀਆਂ ਦੇ ਜਿਹੜੇ ਆਗੂਆਂ ਨਾਲ ਗੱਲ ਕਰੀ ਜਾਂਦੀ ਹੈ ਜਾਂ ਉਹਨਾਂ ਦੇ ਪਿੱਠ ਪਿੱਛੇ ਗੱਲ ਕਰੀ ਜਾਂਦੀ ਹੈ ਤਾਂ ਉਹਨਾਂ ਨਾਲ ਜੀ ਸਾਹਿਬ ਜਾਂ ਪੂਰਾ ਪ੍ਰੋਪਰ ਨਾਮ ਲੈ ਕੇ ਕਰੀ ਜਾਵੇ ਤਾਂ ਕਿ ਇਹਨਾਂ ਦਾ ਸਤਿਕਾਰ ਬਹਾਲ ਰਹੇ ਇਹਨਾਂ ਨੂੰ ਮਾਣ ਹੋਵੇ ਕਿ ਅਸੀਂ ਆਪਣੀ ਪੂਰੀ ਜ਼ਿੰਦਗੀ ਲੋਕਾਂ ਲਈ ਲੇਖੇ ਲਾਤੀ ਇੱਕ ਤਾੜੀ ਇਹਨਾਂ ਕਿਸਾਨ ਆਗੂਆਂ ਦੇ ਨਾਂ ਤੇ ਹਾਂ ਪੀਜਾ ਆਹੋ ਪੀਜੇ ਦਾ ਬੜਾ ਰੌਲਾ ਪਿਆ ਬਈ ਉਹ ਆਪਣੇ ਮੁੰਡਾ ਸੀ ਜਿਹੜਾ ਪੀਜਾ ਲਾ ਕੇ ਗਿਆ ਓਰੇ ਪੀਜਾ ਖਾਣੇ ਆ ਲੈ ਵੀ ਪੀਜਾ ਖਾਣ ਚ ਕਿਹ ਇਤਰਾਜ ਆ ਅਸੀਂ ਤਾਂ ਜਾਪਾਨ ਵਾਲੀਆਂ ਆਈਟਮਾਂ ਵੀ ਖਾਣੇ ਆ ਬਈ ਸਾਨੂੰ ਕੀ ਪ੍ਰੋਬਲਮ ਹੈ ਸਾਡੇ ਮੁੰਡੇ ਤਾਂ 25-25 ਲੱਖ ਦੇ ਆ ਜੀਪਾ ਵੀ ਬਣਾਉਨੇ ਤੁਹਾਨੂੰ ਕੀ ਇਤਰਾਜ ਹੈ ਉਹ ਇਸ ਕਰਕੇ ਬਣਾਉਨੇ ਕਿਉਂਕਿ ਜਿਹੜੇ ਚਿਹਰਾ ਤੋਂ ਸਾਡੇ ਪਰਿਵਾਰ ਕੈਨੇਡਾ ਅਮਰੀਕਾ ਵਿਦੇਸ਼ਾਂ ਚ ਜਿਨ੍ਹਾਂ ਨੇ 28-28 ਘੰਟੇ ਟਰੱਕ ਦੀਆਂ ਸੀਟਾਂ ਤੇ ਬੈਠ ਕੇ ਟਰੱਕ ਚਲਾਇਆ ਇਹ ਉਹਨਾਂ ਦੀ ਬਦੌਲਤ ਅਸੀਂ ਜੀਪਾ ਬਣਾਉਨੇ ਆ ਉਹਨਾਂ ਦੀ ਬਦੌਲਤ ਪੀਜਾ ਖਾਣੇ ਆ ਅਸੀਂ ਮਗਜ ਵੀ ਖਾਣੇ ਆ ਇਹ ਜ਼ਰੂਰੀ ਨਹੀਂ ਹੁੰਦਾ ਅੱਜ ਦੇ ਯੁੱਗ 'ਚ ਕਿ ਹਿੰ사ਾਤਮਕ ਪੱਖ ਨਾ ਪੇਸ਼ ਹੋਇਆ ਜਾਵੇ ਸਾਡੇ ਕੋਲ ਤਰਕ ਵੀ ਹੈ ਸਾਡੇ ਕੋਲ ਦਿਮਾਗ ਵੀ ਹੈ ਸਾਡੇ ਕੋਲ ਦਲੀਲ ਵੀ ਹੈ ਕਿਤੇ ਅਕਲ ਵਾਲੇ ਚਾਰ ਬੰਦੇ ਬਿਠਾ ਕੇ ਗੱਲ ਤਾਂ ਕਰੋ ਫਿਰ ਤੁਹਾਨੂੰ 100 ਜਵਾਬ ਦੇ ਦਈਏ ਤੁਹਾਡੀਆਂ ਬਣਾਈਆਂ ਚੀਜ਼ਾਂ 'ਚ 100 ਨੁਕਸ ਕੱਢ ਦਈਏ ਪਰ ਐਵੇਂ ਇੱਕ ਅੰਦਰ ਕਮਰੇ ਦੇ ਬੈਠ ਕੇ ਇਹ ਕਹੀ ਜਾਣਾ ਵੀ ਇਹ ਇੱਕ ਇਹ ਇਹ ਅਨਪੜ ਹੈ ਇਹ ਫਲਾਣਾ ਹੈ ਉਹ ਅਨਪੜਾ ਨਹੀਂ ਰੋਟੀ ਖਵਾਈਏ ਤੁਹਾਨੂੰ ਹੁਣ ਤੱਕ ਕਮਲਿਓ ਆ ਕਰੋਨਾ 'ਚ ਕੋਈ ਸਰਕਾਰੀ ਏਡ ਨਹੀਂ ਸੀ ਸਾਰੇ ਮੁਲਕਾਂ 'ਚ ਗਵਰਨਮੈਂਟਾਂ ਨੇ ਲੋਕਾਂ ਨੂੰ ਪੈਸੇ ਦਿੰਦੇ ਆ ਅਸੀਂ ਲੋਕਾਂ ਨੂੰ ਲੰਗਰ ਖਵਾਇਆ ਇਤੋਂ ਵੱਡੀ ਕੌਮ ਕੌਣ ਹੋ ਸਕਦੀ ਹੈ ਅੱਜ ਤਾਂ ਸਾਡਾ 20 ਰੁਪਏ ਵਾਲਾ ਲੰਗਰ ਚੱਲ ਜਿੰਦਾ ਭਾਈ ਅੱਜ ਆਜ ਵਾਲੀਆਂ ਕਮਾਈਆਂ ਤਾਂ ਲੋਕਾਂ ਨੇ ਬਾਅਦ ਚ ਲੈ ਕੇ ਲੌੜੀਆਂ ਸੋ ਇਹ ਗੁਰੂਆਂ ਪੀਰਾਂ ਦੀ ਬਖਸ਼ਿਸ਼ ਹੈ ਹਾਂਜੀ ਬੇਬੇ ਅੱਜ ਪਈ ਹੈ ਹਾਂ ਅਸੀਂ ਉਹਨਾਂ ਦੇ ਹਾਂ ਬੱਚੇ ਉਹਨਾਂ ਦੇ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਜਿਹੜੇ ਸਾਡੇ ਕਿਸਾਨ ਤੇ ਮਜ਼ਦੂਰ ਸਾਨੂੰ ਇਸ ਤਰ੍ਹਾਂ ਲਾਚਾਰ ਹੀ ਨਹੀਂ ਹੋਣਾ ਪਊਗਾ ਜੇ ਸੱਤਾ ਦੀ ਕੁਰਸੀ ਨੂੰ ਇਹ ਹੱਥ ਪਾ ਲੋ ਸਾਰਾ ਪੰਜਾਬ ਸਾਰਾ ਹਰਿਆਣਾ ਤੁਹਾਡੇ ਨਾਲ ਇੱਕ ਤਾੜੀ ਇਹਨਾਂ ਦੇ ਨਾਂ ਤੇ ਮਾਰਦੇ ਜ਼ਰੂਰ ਉਹ ਵੱਖਰੀ ਗੱਲ ਹੈ ਕਿ ਰਾਜਨੀਤਿਕ ਵਿੰਗ ਨਹੀਂ ਬਣਾਉਂਦੇ ਯਾ ਐਸਐਸ ਨਹੀਂ ਬਣਨਾ ਚਾਹੁੰਦੇ ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਫਿਰ ਹੱਕ ਮੰਗਣ ਦੀ ਲੋੜ ਨਹੀਂ ਹੱਕ ਸਾਡੀ ਪਲੇਟ 'ਚ ਆ ਜਾਣਗੇ ਸੋ ਧੰਨਵਾਦ ਸਾਰਿਆਂ ਦਾ ਤੁਸੀਂ ਆਇਓ ਜਿਹੜੇ ਪੰਜਾਬ 'ਚ ਅਜੇ ਬੈਠੇ ਹੈ ਰਜਾਈਆਂ 'ਚ ਆ ਜਿਓ ਜੇ ਜੇ ਨਹੀਂ ਤੋ ਤੁਸੀਂ ਆਉਂਗੇ ਤਾਂ ਸ਼ਾਇਦ ਇਸ ਇਤਿਹਾਸ ਤੋਂ ਮਨਕਰ ਹੋ ਰਹੇ ਹੋ ਕਿ ਤੁਹਾਡਾ ਨਾਂ ਵੀ ਤੁਹਾਨੂੰ ਇਹ ਹੌਸਲਾ ਜ਼ਰੂਰ ਹੋਊਗਾ ਕਿ ਮੈਂ ਮੈਂ ਵੀ ਇੱਥੇ ਜਾ ਕੇ ਹਿੱਸਾ ਪਾਇਆ ਸੀ ਨਹੀਂ ਗੀਤ ਗੁੱਦ ਗਾਉਣ ਮੈਂ ਆਇਆ ਨਹੀਂ ਮਿੱਤਰੋ ਨਾ ਮੈਂ ਕਲਾਕਾਰਾਂ ਕਾਰਾਂ ਮੈਂ 베ਜਤੀਆਂ ਕਲਾ ਮੇਰੇ ਅੰਦਰ ਹੈ ਉਹ ਮੈਂ ਤੁਹਾਨੂੰ ਬਾਅਦ ਚ ਪ੍ਰਦਰਸ਼ਨ ਕਰੂੰਗਾ ਜਦੋਂ ਜਿੱਤਾਂਗੇ ਕੋਈ ਨਹੀਂ ਕੋਈ ਨਹੀਂ ਗੀਤ ਹੁਣ ਕਲਾਕਾਰ ਸੁਣਾਈ ਜene ਗੀਤਾਂ ਦਾ ਕੀ ਹੈ ਗਾਉਣਾ ਤਾਂ ਸਾਡਾ ਕੰਮ ਹੈ ਨਹੀਂ ਹੁਮੇ ਤਾਂ ਫੇਸਬੁਕ ਮਮੇਤਾ ਫੇਸਬੁਕ ਤੇ ਸਾਰਾ ਨਿੰਦੀ ਜਾਂਦੇ ਵੀ ਇਹ ਕਲਾਕਾਰਾਂ ਨੇ ਸਮਾਜ ਵਿਗਾੜਦਾ ਦੇਖਦਾ ਅੱਜ ਸਾਰੇ ਕਲਾਕਾਰ ਕਿਸਾਨੀ ਦੇ ਗੀਤ ਗਾ ਰਹੇ ਕਿ ਨਹੀਂ ਜਦੋਂ ਮੈਂ 20 ਸਾਲ ਪਹਿਲਾਂ ਗਾਉਣਾ ਸ਼ੁਰੂ ਕਰਿਆ ਸੀ ਤਾਂ ਮੇਰੇ ਆਪਣੇ ਦੋਸਤ ਨਰਾਜ਼ ਹੋ ਜਾਂਦੇ ਸੀ ਯਾਰ ਆਹ ਕੀ ਆ ਜਾ ਗਾਣਾ ਕਰਦਾ ਮੈਂ ਕਹਿੰਦਾ ਇਹ ਕੰਮ ਹੋਣਾ ਹੈ ਇਹ ਔਲੇ ਦਾ ਸਵਾਦ ਬਾਅਦ ਚ ਪਤਾ ਲੱਗਣਾ ਹੁਣ ਚੰਗੇ ਲੱਗਦੇ ਆ ਕਿ ਨਹੀਂ ਅੱਜ ਹਰ ਕਲਾਕਾਰ ਨੂੰ ਗਾਉਣਾ ਪੈ ਗਿਆ ਮਜਬੂਰ ਹੋ ਗਿਆ ਨਾ ਕਿਉਂ ਹੋ ਗਿਆ ਕਿਉਂਕਿ ਤੁਸੀਂ ਚਾਹੁੰਦੇ ਹੋ ਜਦੋਂ ਤੁਸੀਂ ਚਾਹੋਗੇ ਨਾ ਉਹੀ ਕੁਝ ਹੋਊਗਾ ਤੁਸੀਂ ਚਾਹਿਆ ਕਿ ਇਹ ਜਨ ਅੰਦੋਲਨ ਦਿੱਲੀ ਤਖਤ ਨੂੰ ਹਿਲਾਵੇ ਤਾਂ ਤੁਸੀਂ ਇਹਨਾਂ ਜਥੇਬੰਦੀਆਂ ਦਾ ਸਾਥ ਦਿੱਤਾ ਤਾਂ ਅੱਜ ਹਰ ਬੰਦਾ ਇੱਥੇ ਆਉਣਾ ਆਪਣਾ ਭਾਗ ਸਮਝਦਾ ਹੈ ਦੂਰ ਦਰਾਡੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਵੀ ਇਸ ਗੱਲ 'ਤੇ ਤਤਪਰ ਰਹਿੰਦੇ ਆ ਕਿ ਮੈਂ ਕਦੋਂ ਜਾਵਾਂ ਸੋ ਮੈਨੂੰ ਲੱਗਦਾ ਹੈ ਕਿ ਇਸ ਅੰਦੋਲਨ ਨੇ ਭਾਈਚਾਰਕ ਸਾਂਝ ਵਧਾਈ ਹੈ ਲੋਕਾਂ 'ਚ Hindu Muslim Sikh Isai ਦਾ ਪਾੜਾ ਖਤਮ ਕਰਤਾ ਜੇ ਐਸੇ ਤਰ੍ਹਾਂ ਟਰੈਕਟਰ ਦਿੱਲੀ ਦੀ ਹਿੱਕ ਤੱਕ ਆਉਂਦੇ ਰਹਿਣਾ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ 84 ਕਦੇ ਨਹੀਂ ਵਾਪਰੂਗੀ ਤੇ ਪੂਰੇ ਭਾਰਤ 'ਚ ਕਦੇ ਦੰਗਾ ਨਹੀਂ ਹੋਊਗਾ ਜਦੋਂ ਅਸੀਂ ਇੱਕ ਹੋਗੇ। ਉਹ ਮਾਲਕੇ ਨਾਰੇ ਬਰਕਰਾਰ ਰੱਖੇ ਸਦਾ ਹੀ ਬੁਲੰਦੀ ਤੇ ਰਹਿਣ ਝੂਲਦੇ ਰਹਿਣ ਨਿਸ਼ਾਨ। ਸੋ ਮੈਂ ਗਾਉਣ-ਗਾਉਣ ਸੱਚੀਉਂ ਨਹੀਂ ਆਇਆ ਨਾ ਮੈਂ ਗਾਉਣਾ ਏ ਤੁਹਾਡੇ ਆਖੇ ਮੈਂ ਸਿਰਫ ਬੋਲਣ ਆਇਆ ਸੀ ਉਹ ਵੀ ਮੈਂ ਬੋਲਣਾ ਨਹੀਂ ਚਾਹੁੰਦਾ ਪਿੱਛੇ ਮੁੜ ਜਾਣਾ ਚਾਹੁੰਦਾ ਸੀ ਕਿਉਂਕਿ ਇਹ ਇਹ ਇਹਨਾਂ ਦੇ ਹੀ ਹੱਕ ਹੈ ਜਿਹੜੇ ਸਾਡੇ ਲੀਡਰ ਹੈ ਇਹੀ ਬੋਲਣਗੇ। ਔਰ ਇੱਕ ਮੇਰੀ ਹੋਰ ਛੋਟੀ ਜੀ ਬੇਨਤੀ ਹੈ ਵੈਸੇ ਤਾਂ ਤੁਸੀਂ ਸਿਆਣੇ ਹੋ ਸਿਆਣੇ ਹੀ ਆ ਸਾਰੇ ਅਜ ਨੌਜਵਾਨ ਵੀ ਸਿਆਣੇ ਆ ਜਦੋਂ ਕੋਈ ਚੈਨਲ ਵਾਲਾ ਆਉਂਦਾ ਹੁੰਦਾ ਹੈ ਜਿਹੜਾ ਆਪਣੇ ਅੰਕਲ ਦੇ ਮੀਡੀਏ ਦਾ ਜਿਹੜਾ ਵੀ ਤੇ ਉਹ ਹਰ ਬੰਦਾ ਨਾਲ ਕਾਲਾ ਪਿਆ ਕਰੋ ਉਹਦੇ ਨਾਲ ਤੁਸੀਂ ਆਪਣੀ ਫਰਸਟ੍ਰੇਸ਼ਨ ਜ਼ਾਹਰ ਕਰਦੇ ਹੋ ਉਹਦੇ ਨਾਲ ਤੁਸੀਂ ਆਪਣਾ ਛੋਟਾਪਨ ਨਾ ਦਿਖਾਇਆ ਕਰੋ ਮੰਨ ਲਓ ਕੋਈ ਬੀਬੀ ਆਉਂਦੀ ਹੈ ਇੰਨੇ ਬੰਦੇ ਕਿਉਂ ਆਲੇ ਦੋਲੇ ਹੋ ਕੇ ਉੱਥੇ ਮੁਰਦਾਬਾਦ ਨਾ ਕਰਿਆ ਕਰੋ ਉਹਦੇ ਨਾਲ ਅਸੀਂ ਛੋਟੇ ਪੈਨੇ ਆ ਜਦੋਂ ਕੋਈ ਤੁਹਾਡੇ ਨਾਲ ਪੱਤਰਕਾਰ ਬੇਸ਼ੱਕ ਤੁਹਾਡਾ ਤੁਹਾਨੂੰ ਨਹੀਂ ਵੀ ਚੰਗਾ ਸਮਝਦਾ ਹਾਂਜੀ ਤੁਹਾਨੂੰ ਨਹੀਂ ਵੀ ਚੰਗਾ ਸਮਝਦਾ ਪੱਤਰ ਓਕੇ ਉਹਨੂੰ ਕਹੇ ਤੁਸੀਂ ਪਹਿਲਾਂ ਆਓ ਬੀਬਾ ਜਾਂ ਬੱਚਾ ਜੋ ਵੀ ਹੈ ਕਿ ਬੱਚੇ ਲੰਗਰ ਛਕੋ ਲੰਗਰ ਛਕੋ ਤੇਰੇ ਘਰ ਚ ਕਿੰਨੇ ਮੈਂਬਰ ਆ ਪੰਜ ਬੰਦਿਆਂ ਦਾ ਪੈਕ ਕਰੋ ਫਿਰ ਉਹਦੇ ਨਾਲ ਇੱਕ ਬੰਦਾ 10 ਬੰਦੇ ਚੋਂ ਚੁਣ ਲਿਆ ਕਰੋ ਵੀ ਆਪਣੇ ਚੋਂ ਸਭ ਤੋਂ ਅੱਛਾ ਬੁਲਾਰਾ ਕੌਣ ਹੈ ਫਿਰ ਉਹਨੂੰ ਕਹੇ ਤੂੰ ਗੱਲ ਕਰ ਉਹ 10 ਬੰਦੇ ਇੱਕ ਨੂੰ ਘੇਰਦੇ ਆ ਇਹਦੇ ਚ ਆਪਣੀ ਹੈ ਇਹ ਮਰਦਾਂ ਦਾ ਕੰਮ ਨਹੀਂ ਹੈਗਾ ਇਹ ਇਹ ਸਿਆਣੇ ਇਹ ਇਸ ਲਈ ਬਣਨਾ ਚਾਹੀਦਾ ਕਿ ਜਦੋਂ ਚੈਨਲ ਤੇ ਜਾ ਕੇ ਕਈ ਵਾਰੀ ਡਿਬੇਟ ਕਰਦੇ ਆਪਣੇ ਕਈ ਬੰਦੇ ਉੱਥੇ ਇਸ ਤਰ੍ਹਾਂ ਬੋਲ ਲੈਂਦੇ ਆ ਜਿੱਦੇ ਨਾਲ ਉਹ ਗੱਲ ਨਹੀਂ ਬਣਦੀ ਪਰ ਜਦੋਂ ਤੁਹਾਡੇ ਚੁਣੇ ਹੋਏ ਨਮਾਇंदे ਜੋ ਬਹੁਤ ਅੱਛੇ ਸਪੀਕਰ ਜਦੋਂ ਉਹ ਬੋਲਦੇ ਆ ਉਹ ਗੱਲ 'ਚ ਦੁੱਗਣਾ ਵਜ਼ਨ ਹੋ ਜਾਂਦਾ ਸੋ ਇਹ ਕੈਮਰੇ ਮੂਰੇ ਜਾਣ ਦੀ ਲਾਲਸਾ ਬੰਦ ਕਰ ਦਈਏ ਜੇ ਕੋਈ ਤੁਹਾਨੂੰ ਸਵਾਲ ਪੁੱਛਦਾ ਪੱਤਰਕਾਰ ਆ ਕੇ ਉਹਨੂੰ ਕਹ ਯਾਰ ਉਹ ਬੰਦਾ ਸਾਡਾ ਸਾਡੇ ਖੜਾ ਸਾਹਮਣੇ ਉਹੀ ਗੱਲ ਕਰੂਗਾ ਉਹ ਸਿਆਣਾ ਹੈ ਸੋ ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ ਇਹ ਲੀਡ ਕਰਨਾ ਵੀ ਕਿਸੇ ਕਿਸੇ ਦੇ ਨਸੀਬਾ ਚ ਹੁੰਦਾ ਸੋ ਇੱਕ ਜ਼ੋਰਦਾਰ ਤਾੜੀ ਇਹਨਾਂ ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਇੰਨੀ ਘਾਲਣਾ ਘਾਲੀ ਤੇ ਆਪ ਦੇ ਧਾਮਨ ਨੂੰ ਦਾਗਦਾਰ ਨਹੀਂ ਹੋਣ ਦਿੱਤਾ ਤੇ ਬੜੀਆਂ ਗੱਲਾਂ ਚਲੀਆਂ ਇਸ ਅੰਦੋਲਨ ਨੂੰ ਖੱਬੇ ਸੱਜੇ ਕਰਨੀਆਂ ਪਰ ਇਹ ਹੋਰ ਸਪੀਡ ਨਾਲ ਤੇਜ਼ ਹੁੰਦਾ ਚੱਲੇ ਗਿਆ ਜਿਵੇਂ ਦਰਿਆ ਆਪਣਾ ਰਾਹ ਬਣਾ ਲੈਂਦਾ ਹੈ ਇਸ ਅੰਦੋਲਨ ਨੇ ਆਪਣਾ ਰਾਹ ਬਣਾ ਲਿਆ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੀ ਗੱਲ ਮੈਂ ਬੇਨਤੀ ਕਰੂੰਗਾ ਹੈ ਜਿਹੜੇ ਸਿਆਣੇ ਆ ਸਾਰੇ ਭਈ ਆ ਖੁਦਕਿਸ਼ੀਆਂ ਜਿਹੜੀਆਂ ਕਰਦੇ ਆ ਇਹ ਇਹ ਇਸ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਪਾਂ ਨੇ ਦਿਖਾਉਣੀ। ਔਰ ਇਹਨਾਂ 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 ਲੋਕਾਂ ਪਿੱਛੇ ਭੋਖੜਦਾਲ ਵੀ ਨਹੀਂ ਰੱਖਣੀ। ਰੱਜ ਕੇ ਖਾ ਕੇ ਬੈਠੋ। ਸਾਡੇ ਕੋਲ ਦਲੀਲ ਆ ਅਸੀਂ ਕਹਦੇ ਭੁੱਖੇ ਬੈਠੀ ਇਹਨਾਂ ਦੇ ਮੂਹਰੇ। ਭੁੱਖੇ ਭੁੱਖੇ ਇਹ ਤਾਂ ਕੋਸ਼ਿਸ਼ ਕਰਦੇ ਆ ਵੀ ਐਂ ਕੁਝ ਹੋਵੇ ਅਸੀਂ ਨਹੀਂ ਕਰਨਾ। ਸੋ ਸਾਡੇ ਲਈ ਜਹੂਦੀਆ ਵਾਂਗੂ ਇੱਕ ਇੱਕ ਪੰਜਾਬੀ ਕੀਮਤੀ ਹੈ। ਇੱਕ ਇੱਕ ਬੰਦਾ ਸਾਡਾ ਹੈ। ਸਾਨੂੰ ਇਹ ਸੀਕ੍ਰੇਟ ਸੁਸਾਇਟੀਆਂ ਬਣਾਉਣੀਆਂ ਪੈਣਗੀਆਂ। ਆਪਸ ਵਿੱਚ ਇੱਕ ਦੂਜੇ ਨਾਲ ਇਨਡਾਇਰੈਕਟ ਜੋੜਨਾ ਪਊਗਾ। ਜਿੱਦੇ 'ਚ ਨਾਮ ਦੀ ਭੁੱਖ ਨਹੀਂ ਜਿੱਦੇ 'ਚ ਇਹ ਆकांक्षा ਨਹੀਂ ਕਿ ਮੈਂ ਮੂਰੇ ਹੋਵਾਂ। ਜਿੱਥੇ ਤੂੰ ਹੀ ਤੂੰ ਦਾ ਨਾਰਾ ਹੁੰਦਾ ਤੇ ਇਸ ਤਰ੍ਹਾਂ ਦੀਆਂ ਸੁਸਾਇਟੀਆਂ ਅਸੀਂ ਬਣਾ ਲਈਏ ਤਾਂ ਫਿਰ ਘਟ ਗਏ ਤੈਨੂੰ ਕਦੇ ਮਾਰਨੀ ਪੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ